ਇਹਨਾਂ ਦਾ ਕੁਐਸਚਨ ਹੈ ਸਰ, ਇਸ ਨੂੰ ਵੱਡਾ ਕਰ ਲਈਏ ਥੋੜ੍ਹਾ, ਸਾਈਜ਼ ਵੱਡਾ ਇਹ ਐਡਾ ਠੀਕ ਰਹੇਗਾ। ਓਕੇ ਥੋੜ੍ਹਾ ਜਿਹਾ ਛੋਟਾ। ਓਕੇ ਸਰ, ਮੈਨੇ ਗ੍ਰੈਜੂਏਸ਼ਨ PUP ਪਟਿਆਲਾ ਤੋਂ ਕੀਤੀ ਹੋਈ ਹੈ, ਇੰਗਲਿਸ਼ ਲਿਟਰੇਚਰ, ਠੀਕ ਹੈ, ਜੋਗ੍ਰਾਫੀ, ਫਿਜ਼ੀਕਲ ਐਜੂਕੇਸ਼ਨ। ਇਹ ਵੀਡੀਓ ਨੀਚੇ ਲਿੰਕ ਵੀ ਦਿੱਤੇ ਹੋਏ ਨੇ, ਤੁਸੀਂ ਉਸ ਲਿੰਕ 'ਚੋਂ ਵੀ ਇਹ ਦੇਖ ਸਕਦੇ ਹੋ। ਇੱਥੇ ਤੁਹਾਡਾ ਜਿਹੜਾ ਮਾਈਨਰ ਹੈ ਇੰਗਲਿਸ਼ ਲਿਟਰੇਚਰ ਬਣੇਗਾ, ਮਾਈਨਰ TGT ਲਈ ਐਲੀਜੀਬਲ ਹੈ, ਮੇਜਰ ਦੇ ਬਰਾਬਰ ਹੈ, ਇਸ ਨੂੰ ਨਹੀਂ ਛੱਡਣਾ ਪੱਕਾ। ਔਰ ਦੂਸਰਾ ਤੁਹਾਡਾ ਜੋਗ੍ਰਾਫੀ ਹੈ, ਜੇ PUP 'ਚ ਹੋ ਤਾਂ ਜੋਗ੍ਰਾਫੀ ਦੇ ਬੇਸ 'ਤੇ ਤੁਹਾਨੂੰ ਮੇਜਰ ਜਿਹੜਾ ਹੈ SST ਮਿਲ ਜਾਏਗਾ, ਲੇਕਿਨ ਪਲੱਸ ਅਡੀਸ਼ਨਲ ਤੁਹਾਨੂੰ ਕਰਨਾ ਪਏਗਾ। ਕੋਸ਼ਿਸ਼ ਕਰੋ ਹਿਸਟਰੀ, ਨਹੀਂ ਤਾਂ ਤੁਸੀਂ ਪੋਲੀਟੀਕਲ ਸਾਇੰਸ ਵੀ ਕਰ ਸਕਦੇ ਹੋ। ਕਿਉਂ? ਕਿਉਂਕਿ ਤੁਹਾਡਾ ਜੋਗ੍ਰਾਫੀ ਇੱਕ ਹੈ ਹਿਸਟਰੀ ਦੇ ਇਕੁਅਲ ਇੰਪੋਰਟੈਂਸ ਵਾਲਾ, ਤੁਸੀਂ ਪੋਲੀਟੀਕਲ ਸਾਇੰਸ ਵੀ ਕਰ ਸਕਦੇ ਹੋ। ਸੋ SST ਇਸ ਤਰ੍ਹਾਂ ਲੈ ਸਕਦੇ ਹੋ, ਅਡੀਸ਼ਨਲ ਪੇਪਰ ਦੇਣਾ ਪਏਗਾ। ਜੇ ਇਹ SST ਨਹੀਂ ਲੈਣਾ, ਤੁਸੀਂ ਅਡੀਸ਼ਨਲ ਨਹੀਂ ਕਰਨਾ ਚਾਹੁੰਦੇ, ਤਾਂ ਫਿਜ਼ੀਕਲ ਐਜੂਕੇਸ਼ਨ ਦਾ, ਲੇਕਿਨ ਇਸ ਦੀਆਂ ਪੋਸਟਾਂ ਬਹੁਤ ਘੱਟ ਨਿਕਲਦੀਆਂ, SST ਦੀਆਂ ਜ਼ਿਆਦਾ ਨਿਕਲਦੀਆਂ, ਇੰਗਲਿਸ਼ ਦੀਆਂ ਵੀ ਜ਼ਿਆਦਾ ਨਿਕਲਦੀਆਂ। ਇਹ ਨਹੀਂ ਛੱਡਣਾ, SST ਦੀ ਕੋਸ਼ਿਸ਼ ਕਰ ਲਓ, ਅਡੀਸ਼ਨਲ ਤੁਹਾਡੇ ਲਈ ਦੇਣਾ ਬੈਟਰ ਹੈ। ਇਸ ਤੋਂ ਇਲਾਵਾ ਤੁਹਾਡਾ, ਹਾਂ ਉਹੀ ਬੰਦਾ ਹੈ, MA ਕਿਹੜੀ ਕਰਨੀ ਹੈ ਉਹ ਨਾਲ ਦੱਸਿਆ ਹੋਵੇ, ਜਾਂ ਚਾਹੁੰਦੇ ਕਿਹੜੀ ਹੋ। ਜੇ ਤੁਸੀਂ MA ਇੰਗਲਿਸ਼ ਕਰ ਲੈਂਦੇ ਹੋ, ਨਾਲ PGT ਇੰਗਲਿਸ਼ ਲਈ ਵੀ ਐਲੀਜੀਬਲ, TGT ਵੀ ਲਈ ਐਲੀਜੀਬਲ। ਇੱਧਰ ਹਿਸਟਰੀ SST ਦੀ ਸਪੈਸੀਫਿਕ ਨਹੀਂ ਹੋਏਗੀ, ਹਾਂ ਫਿਜ਼ੀਕਲ ਐਜੂਕੇਸ਼ਨ ਦੀ ਜਿਹੜੀ PGT ਲਈ ਬਣ ਜਾਓਗੇ, SST ਦੀ ਸਪੈਸੀਫਿਕ PGT ਲਈ ਨਹੀਂ। SST ਦੀ ਤੁਸੀਂ ਹਿਸਟਰੀ ਲਈ, ਪੋਲੀਟੀਕਲ ਲਈ, ਜਿੱਦਾਂ ਜੋਗ੍ਰਾਫੀ ਦੀ MSc MA ਕਰਦੀ ਹੋ ਤਾਂ PGT ਲਈ ਐਲੀਜੀਬਲ ਹੋ ਜਾਓਗੇ। ਇਹ ਸੀ। ਨੈਕਸਟ ਹੈ ਸਰ, ਮੈਂ PU ਚੰਡੀਗੜ੍ਹ ਸੇ ਗ੍ਰੈਜੂਏਸ਼ਨ ਕੀਆ ਹੈ, ਮੇਰੇ ਪਾਸ ਜਨਰਲ ਪੰਜਾਬੀ, ਇੰਗਲਿਸ਼, ਪੋਲ ਸਾਇੰਸ, ਪਬਲਿਕ ਐਡ ਔਰ ਹਿਸਟਰੀ ਹੈ। ਬਿਲਕੁਲ ਠੀਕ ਹੈ, ਜਨਰਲ ਪੰਜਾਬੀ ਹੈ ਨਾ ਤੁਹਾਡੇ ਕੋਲ, ਇਹ ਪੋਲ ਸਾਇੰਸ, ਜਨਰਲ ਪੰਜਾਬੀ, ਇੰਗਲਿਸ਼, ਪੋਲ ਸਾਇੰਸ, ਪਬਲਿਕ ਐਡ ਔਰ ਹਿਸਟਰੀ, ਸਾਰੇ ਹੀ ਸੋਸ਼ਲ ਸਾਇੰਸ ਤੁਹਾਡੇ ਹੈ। SST ਤੁਹਾਡਾ ਮੇਜਰ ਬਣੇਗਾ, ਸੈਕਿੰਡ ਲੈਂਗੁਏਜ ਹੀ ਲੈਣੀ ਪਏਗੀ, ਔਰ ਲੈਂਗੁਏਜ ਜਿਹੜੀ, ਜੇ ਤੁਸੀਂ ਇੰਗਲਿਸ਼ ਲੈਂਦੇ ਹੋ ਜਾਂ ਪੰਜਾਬੀ ਲੈਂਦੇ ਹੋ, ਤੁਹਾਨੂੰ ਇਹਦਾ ਅਡੀਸ਼ਨਲ ਪੇਪਰ ਦੇਣਾ ਹੀ ਪਏਗਾ BA ਦਾ, ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਜਾਓਗੇ। ਸਰ, ਮੈਂ ਕੰਬੀਨੇਸ਼ਨ ਪੁੱਛਣਾ ਹੈ ਆਪਸੇ, SST ਇੰਗਲਿਸ਼, SST ਪੰਜਾਬੀ, ਗੌਰਮੈਂਟ ਜੋਬ ਕੇ ਲਈ ਜ਼ਿਆਦਾ ਚਾਂਸ ਹੈ? ਬਿਲਕੁਲ ਇਹ ਠੀਕ ਹੈ, SST ਕੇ ਵੀ ਜ਼ਿਆਦਾ ਹੈ, ਇੰਗਲਿਸ਼ ਕੇ ਵੀ ਜ਼ਿਆਦਾ ਹੈ, ਪੰਜਾਬੀ ਕੇ ਵੀ ਜ਼ਿਆਦਾ ਹੈ, ਇਹ ਸਾਰੇ ਜ਼ਿਆਦਾ ਵਾਲੇ ਹੀ ਹੈ, ਲੇਕਿਨ ਆਪਕੋ ਵੋ ਅਡੀਸ਼ਨਲ ਦੇਣਾ ਪੜੇਗਾ। ਸਰ, ਮੈਰਿਟ ਲਿਸਟ ਕਬ ਆਏਗੀ? 19 ਤਰੀਕ ਕੋ ਆਏਗੀ। ਸਰ, ਤੁਸੀਂ ਕੁਛ ਵੀ ਨਹੀਂ ਦੱਸਿਆ BCOM ਵਾਲਿਆਂ ਲਈ, ਅਲੱਗ ਤੋਂ BCOM ਵਾਲਿਆਂ ਲਈ, ਇਹ ਦੇਖੋ ਤੁਹਾਨੂੰ ਮੈਂ ਦੱਸਾਂ, ਇੱਥੇ ਜਾ ਕੇ ਆ ਤੁਸੀਂ ਇਹ ਵੀਡੀਓ ਜਿਹੜੇ ਨਵੇਂ ਪਾਏ ਨੇ ਨਾ, ਜਿਨ੍ਹਾਂ ਨੇ ਇਹ ਦੇਖਣੀਆਂ, ਇਹ ਵੀਡੀਓ 'ਤੇ ਕਲਿੱਕ ਕਰੋ, ਵੀਡੀਓ ਓਪਨ ਹੁੰਦੀ ਹੈ, ਤੁਹਾਡੇ ਵੀ ਓਪਨ ਹੁੰਦੀ ਹੋਏਗੀ, ਵੀਡੀਓ ਓਪਨ ਹੁੰਦੀ ਹੈ, ਇਸ ਤਰ੍ਹਾਂ ਵਧੀਆ ਜੀਆਂ ਐਡ ਆਉਂਦੀਆਂ ਹੋਣਗੀਆਂ। ਇੱਥੇ ਆਹ ਦੇਖੋ ਲਿੰਕ ਪਾਏ ਹੋਏ ਨੇ, ਇੱਥੇ ਮੋਰ 'ਤੇ ਕਲਿੱਕ ਕਰੋ, ਮੋਰ 'ਤੇ ਕਲਿੱਕ ਕਰਕੇ ਜਿਹੜੀਆਂ ਮੇਨ ਸਬਜੈਕਟ ਦੀਆਂ ਵੀਡੀਓ ਹੈ ਉਹ ਇੱਥੇ ਪਾਈਆਂ ਹੋਈਆਂ ਹਨ। ਇਹਦੇ ਵਿੱਚ ਤੁਸੀਂ ਆਹ ਪਹਿਲੀ ਵੀਡੀਓ ਤੁਹਾਡੀ ਹੁਣੀ ਮੈਂ ਪਾਈ ਹੈ, ਇਸੇ ਵੀਡੀਓ 'ਚ BBA BCOM ਦੀ ਵੀਡੀਓ, ਇਹ ਸਾਰੀ ਦੇਖ ਲਓ, ਇਹ ਤੁਹਾਨੂੰ ਡਿਟੇਲ ਵਿੱਚ ਦੱਸੀ ਗਈ ਹੈ, ਇਸ ਨੂੰ ਕਲਿੱਕ ਕਰੋ ਇੱਥੇ ਅਤੇ ਤੁਸੀਂ ਦੇਖ ਸਕਦੇ ਹੋ। ਵਾਪਸ ਚੱਲਦਾ ਹਾਂ ਇੱਥੇ। ਓਕੇ, ਹੁਣ ਤਾਂ ਨਹੀਂ ਨਾਰਾਜ਼? ਨਾਰਾਜ਼ ਨਹੀਂ ਹੋਣਾ। ਸਰ, BCOM ਗ੍ਰੈਜੂਏਸ਼ਨ ਕੇ ਬਾਅਦ, ਹਾਂ ਕੌਣ ਸੇ ਸਬਜੈਕਟ ਸਾਥ, ਇਹ ਵੀਡੀਓ ਆਪਣੇ ਦੇਖਣਾ ਹੈ, ਪਿਛਲਾ ਵੀ ਮੈਂ ਬਤਾ ਕੇ ਆਇਆ ਹੂੰ ਨਾ, ਜੋ ਅਭੀ ਇਸ ਕੇ ਪੀਛੇ ਇਹ ਜੋ ਵੀਡੀਓ ਹੈ, ਇਸਕੋ ਕਲਿੱਕ ਕਰੋ, ਇਸਕੋ ਕਲਿੱਕ ਕਰਕੇ ਆਪ ਦੇਖਣਾ, ਯਹਾਂ ਪਰ ਇਹ ਪਹਿਲਾ ਹੀ ਵੀਡੀਓ ਆਪਕਾ ਹੈ, ਅਗਰ ਆਪਣੇ ਪਹਿਲੇ ਇਹ ਵਾਲਾ, ਇਸਕੋ ਕਲਿੱਕ ਕਰੋ, ਆਪਕੀ ਇਨਫੋਰਮੇਸ਼ਨ ਸਾਰੀ ਮਿਲ ਜਾਏਗੀ। ਯਹਾਂ ਪਰ ਵਾਪਸ ਚੱਲੇ ਹਾਂ ਹਮ ਫਿਰ, ਔਰ ਮੈਨੂੰ ਸਮਝ ਨਹੀਂ ਆ ਰਿਹਾ, ਸਭ ਕੁਛ ਸਮਝ ਆਏਗਾ, ਹੋ ਗਿਆ ਹੈ। ਸਰ, ਪਲੀਜ਼ ਆਪਣਾ ਕੋਈ ਕੰਟੈਕਟ ਨੰਬਰ ਦੇ ਦਿਆ ਹੈ, ਵੀਡੀਓ ਬਣਾਤੀ ਹੈ, ਕੋਸ਼ਿਸ਼ ਕਰਿਓ, ਬਸ ਵੋਇਸ ਮੈਸੇਜ ਕਰਿਓ, ਹੈਲੋ ਸਰ, ਆਪਕਾ ਕੰਟੈਕਟ, ਹਾਂਜੀ ਹੈਲਪ ਨੀਡ ਦੇ ਰਹਾ ਹੂੰ, ਤੋ ਇਹ ਵਾਲੀ ਵੀਡੀਓ ਕੇ ਇਹ ਹੋ ਗਏ ਹੈ, ਆਪਕੋ ਕੰਟੈਕਟ ਦੇ ਰਹਾ ਹੂੰ, ਵੋਇਸ ਮੈਸੇਜ ਕਰਨਾ, ਅਗਰ ਫੋਨ ਕਰਨਾ ਹੈ ਕਰ ਲੈਣਾ, ਚਲੋ ਵੋ ਵੀਡੀਓ ਦੇਖ ਕੇ।